ਆਸਟ੍ਰੇਲੀਆ ਹੁਣ ਮਾਈਗ੍ਰੈਂਟਸ ਤੇ ਸਖਤੀ ਕਰਨ ਜਾ ਰਿਹਾ ਹੈ, ਦਰਅਸਲ ਆਪਣੀ ਇਮੀਗ੍ਰੇਸ਼ਨ ਪਾਲਿਸੀ ਤੇ ਤਬਦੀਲੀ ਆਸਟ੍ਰੇਲੀਆ ਕਰਨ ਜਾ ਰਿਹਾ ਹੈ, ਖਾਸ ਕਰਕੇ ਜਿੰਨੇ ਸਟੂਡੈਂਟ ਵੀਜ਼ਾ ਜਾਂ ਲੋ ਸਕਿੱਲ ਤੇ ਵੀਜ਼ਾ ਲੈ ਕੇ ਜਿਹੜੇ ਆਸਟ੍ਰੇਲੀਆ ਜਾਂਦੇ ਨੇ ਉਹਨਾਂ ਲਈ ਹੁਣ ਇਹ ਦਿੱਕਤ ਆ ਸਕਦੀ ਹੈ, ਕਿਉਂਕਿ ਇੰਗਲਿਸ਼ ਦਾ ਟੈਸਟ ਹੋਵੇ, ਆਇਲਸ ਹੋਵੇ ਜਾਂ ਵੀਜ਼ਾ ਦੀ ਜਦੋਂ ਅਸੀਂ ਫਾਈਲ ਲਗਾਉਂਦੇ ਹਾਂ ਤਾਂ ਉਸਦੇ ਜਿੰਨੇ ਇੰਟਰਵਿਊ ਪ੍ਰੋਸੈਸ ਤੇ ਫਾਈਲ ਕਲੀਅਰ ਹੋਣ ਤੱਕ ਰਹਿੰਦੇ ਹੈ ਤਾਂ ਉਹਨਾਂ ਪ੍ਰੋਸੈਸਾਂ 'ਚ ਮੋਨੀਟਰਿੰਗ ਅਤੇ ਪਹਿਲਾਂ ਨਾਲੋਂ ਸਖਤੀ ਜਿਹੜੀ ਹੈ ਉਹ ਵਰਤੀ ਜਾਏਗੀ। ਮੰਨਣਾ ਇਹ ਹੈ ਆਸਟ੍ਰੇਲੀਆ ਦਾ ਜੋ ਉੱਥੇ ਦੇ ਚਾਹੇ ਹੋਮ ਮਿਨਿਸਟਰ ਨੇ ਚਾਹੇ ਉੱਥੇ ਦੇ ਜਿੰਨੇ ਪੋਲੀਟੀਸ਼ੀਅਨ ਨੇ ਖਾਸ ਕਰਕੇ ਜੋ ਅਗਵਾਈ ਕਰ ਰਹੇ ਨੇ ਆਸਟ੍ਰੇਲੀਆ ਦੀ ਕਿ ਮਾਈਗ੍ਰੇਸ਼ਨ ਜਿਹੜੀ ਹੈ ਪਿਛਲੇ 2 ਸਾਲਾਂ 'ਚ ਵਧੀ ਹੈ। 2022-23 ਦਾ ਡਾਟਾ 5,10,000 ਦਾ ਇੰਟਰਨੈਸ਼ਨਲ ਜਿਹੜੇ ਉੱਥੇ ਮਾਈਗ੍ਰੈਂਟ ਗਏ ਸੀਗੇ ਤਾਂ ਉਸਨੂੰ ਕੰਟਰੋਲ ਕਰਨ ਲਈ ਅਗਲੇ 2 ਸਾਲ ਦਾ ਪਲਾਨ ਜਿਹੜਾ ਹੈ ਉਹ ਤਿਆਰ ਕਰਨਾ ਹੈ। ਔਰ ਨਾਲ ਹੀ ਇਹ ਵੀ ਹੈ ਕਿ ਜਿੰਨੇ ਉੱਥੇ ਦੇ ਜਿਹੜੇ ਲੋਕਲ ਨੇ ਆਸਟ੍ਰੇਲੀਅਨ ਨੇ ਮੁੜ ਤੋਂ ਆਸਟ੍ਰੇਲੀਆ ਰਹਿ ਰਹੇ ਨੇ ਜਾਂ ਉੱਥੇ ਦੇ ਵਸਨੀਕ ਨੇ ਉਹਨਾਂ ਨੂੰ ਉੱਥੇ ਦੀਆਂ ਸਰਕਾਰ ਦੀਆਂ ਬਾਕੀ ਸਹੂਲਤਾਂ ਪ੍ਰਾਇਓਰਿਟੀ ਤੇ ਮਿਲ ਸਕਣ, ਮਾਈਗ੍ਰੈਂਟਸ ਦੇ ਨਾਲ ਪ੍ਰਭਾਵਿਤ ਨਾ ਹੋਣ, ਇਸ ਕਰਕੇ ਇਸ ਤਬਦੀਲੀ ਕੀਤੀ ਜਾ ਰਹੀ ਹੈ। ਔਰ ਇਸ ਤੋਂ ਪਹਿਲਾਂ ਕੈਨੇਡਾ ਦੇ ਅੰਦਰ 10,000 ਤੋਂ 20,000 ਫੀਸ ਕੀਤੀ ਗਈ, ਯੂਕੇ ਦੇ ਅੰਦਰ ਲੋ ਸਕਿੱਲ ਵੀਜ਼ਾ ਖਾਸ ਕਰਕੇ ਸਟੂਡੈਂਟ ਵੀਜ਼ਾ ਉਹਨਾਂ ਦੇ ਅੰਦਰ ਯੂਕੇ ਨੇ ਤਬਦੀਲੀ ਕੀਤੀ, ਤਾਂ ਕੈਨੇਡਾ ਅਤੇ ਯੂਕੇ ਤੋਂ ਬਾਅਦ ਇਹ ਤੀਜੀ ਥਾਂ ਹੈ ਆਸਟ੍ਰੇਲੀਆ ਜਿੱਥੇ ਤਬਦੀਲੀ ਮਾਈਗ੍ਰੈਂਟਸ ਨੂੰ ਲੈ ਕੇ ਕੀਤੀ ਜਾ ਰਹੀ ਹੈ। ਔਰ ਇਸ ਨਾਲ ਸਿੱਧੇ ਢੰਗ ਨਾਲ ਪੰਜਾਬ ਜਿਹੜਾ ਹੈ ਉਹ ਪ੍ਰਭਾਵਿਤ ਹੋਵੇਗਾ, ਕਿਉਂਕਿ ਪੰਜਾਬ ਤੋਂ ਲੱਖਾਂ ਦੇ ਤਾਦਾਦ ਦੇ ਸਟੂਡੈਂਟ ਜਿਹੜੇ ਨੇ ਉਹ ਬਾਹਰਲੀਆਂ ਕੰਟਰੀਆਂ ਦੇ ਅੰਦਰ ਸਟੱਡੀ ਲਈ ਜਾਂਦੇ ਨੇ। ਔਰ ਆਸਟ੍ਰੇਲੀਆ ਜਿਨ੍ਹਾਂ ਦੀ ਪ੍ਰੈਫਰੈਂਸ ਹੈ, ਕਿਉਂਕਿ ਕੈਨੇਡਾ ਅਤੇ ਹੋਰ ਥਾਵਾਂ ਤੋਂ ਜਦੋਂ ਰਿਜੈਕਸ਼ਨ ਜਾਂ ਮਨ ਬਦਲ ਜਾਏ ਤਾਂ ਆਸਟ੍ਰੇਲੀਆ ਇੱਕ ਆਪਸ਼ਨ ਹੁੰਦੀ ਸੀ, ਪਰ ਹੁਣ ਇਸ ਦੇ ਨਾਲ ਉੱਥੇ ਵੀ ਦਿੱਕਤ ਆ ਸਕਦੀ ਹੈ ਉਸਦਾ, ਚਾਹੇ ਉਹ ਕੋਈ ਪੰਜਾਬੀ ਆਸਟ੍ਰੇਲੀਆ 'ਚ ਹੈ ਚਾਹੇ ਇੱਥੇ ਹੈ ਪੰਜਾਬ ਦੇ ਅੰਦਰ, ਔਰ ਖਾਸ ਕਰਕੇ ਨਾਰਦਰਨ ਰੀਜਨ ਜਾਂ ਇੰਡੀਆ ਦੇ ਅੰਦਰ ਵੀ ਇੱਕ ਮੈਂਟਲ ਪ੍ਰੈਸ਼ਰ ਜ਼ਰੂਰ ਹੈ। ਔਰ ਇਸ ਨੂੰ ਕਿਤੇ ਨਾ ਕਿਤੇ ਮਹਿੰਗਾਈ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਬਾਕੀ ਥਾਵਾਂ 'ਤੇ ਜੇ ਮੇਜਰ ਕੰਟਰੀਜ਼ ਇਸ ਤਰੀਕੇ ਦਾ ਫੈਸਲਾ ਮਾਈਗ੍ਰੇਸ਼ਨ 'ਤੇ ਲੈ ਰਹੀ ਹੈ ਤਾਂ ਛੋਟੀ ਕੰਟਰੀਜ਼ 'ਤੇ ਉਸਦਾ ਪ੍ਰਭਾਵ ਹੈ, ਮੈਂਟਲੀ ਪ੍ਰੈਸ਼ਰ ਹੈ। ਔਰ ਇਸ ਨਾਲ ਇਹ ਜ਼ਰੂਰ ਦੇਖਣਾ ਹੋਏਗਾ ਕਿ ਕਿਆ ਆਸਟ੍ਰੇਲੀਆ ਦੀ ਸਖਤੀ ਤੋਂ ਬਾਅਦ ਬਾਹਰ ਜਾਣ ਵਾਲਿਆਂ ਦੀ ਤਾਦਾਦ ਵਧੇਗੀ ਜਾਂ ਪਹਿਲਾਂ ਨਾਲੋਂ ਵੀ ਘਟੇਗੀ, ਜਾਂ ਕੰਟਰੀ ਦੀ ਜਿਹੜੀ ਆਪਸ਼ਨ ਹੈ ਆਸਟ੍ਰੇਲੀਆ ਦੀ ਥਾਂ ਹੁਣ ਕਿਸ ਨੂੰ ਵਿਕਲਪ ਚੁਣਿਆ ਜਾਂਦਾ ਔਰ ਕਿਸ ਤਰੀਕੇ ਦਾ ਇਸ 'ਤੇ ਰਿਐਕਸ਼ਨ ਰਹਿੰਦਾ, ਕਿਉਂਕਿ ਜੇ ਕੋਈ ਬਾਹਰ ਨਹੀਂ ਜਾਏਗਾ ਤਾਂ ਕੋਈ ਸੋਰਟ ਆਊਟ ਜਿਹੜਾ ਹੈ ਆਸਟ੍ਰੇਲੀਅਨ ਗਵਰਨਮੈਂਟ ਕਰਦੀ ਹੈ ਜਾਂ ਨਹੀਂ ਕਰਦੀ, ਔਰ ਮਾਈਗ੍ਰੇਸ਼ਨ ਕਿਆ ਇਸ ਨਾਲ ਕੰਟਰੋਲ ਹੁੰਦੀ ਹੈ ਜਾਂ ਨਹੀਂ, ਕਿਉਂਕਿ ਸਰਵੇ ਜਿਹੜਾ ਕੀਤਾ ਗਿਆ ਉਸ ਸਰਵੇ ਦੇ ਅੰਦਰ ਇਹ ਆਇਆ ਕਿ 62% ਹਾਈਕ ਜਿਹੜੀ ਹੈ ਉਹ ਮਾਈਗ੍ਰੇਸ਼ਨ ਦੇ ਅੰਦਰ ਆਈ ਹੈ, ਸਟੂਡੈਂਟ ਵੀਜ਼ਾ ਅਤੇ ਲੋ ਸਕਿੱਲ ਵੀਜ਼ਾ ਜਿਹੜੇ ਖਾਸ ਕਰਕੇ ਦਿੰਦੇ ਨੇ, ਔਰ ਚਾਹਵਾਨਾਂ ਨੂੰ ਜਿਹੜਾ ਇੱਥੇ ਕਿੱਲੇ ਦੀ ਪੈਲੀ ਵੇਚ ਕੇ 25 ਤੋਂ 30 ਲੱਖ ਲਾ ਕੇ ਬਾਹਰ ਜਾਂਦਾ ਉਹਨਾਂ ਲਈ ਸਮੱਸਿਆ ਇਹ ਜ਼ਰੂਰ ਹੈਗੀ ਹੈ। ਕੈਮਰਾਮੈਨ ਵਿਨੋਦ ਕੁਮਾਰ ਨਾਲ ਅਮਨ ਭਾਰਦਵਾਜ, ਨਿਊਜ਼ 18 ਚੰਡੀਗੜ੍ਹ। ਆਸਟ੍ਰੇਲੀਆ ਹੁਣ ਮਾਈਗ੍ਰੈਂਟਸ ਤੇ ਸਖਤੀ ਕਰਨ ਜਾ ਰਿਹਾ ਹੈ, ਦਰਅਸਲ ਆਪਣੀ ਇਮੀਗ੍ਰੇਸ਼ਨ ਪਾਲਿਸੀ ਤੇ ਤਬਦੀਲੀ ਆਸਟ੍ਰੇਲੀਆ ਕਰਨ ਜਾ ਰਿਹਾ ਹੈ, ਖਾਸ ਕਰਕੇ ਜਿੰਨੇ ਸਟੂਡੈਂਟ ਵੀਜ਼ਾ ਜਾਂ ਲੋ ਸਕਿੱਲ ਤੇ ਵੀਜ਼ਾ ਲੈ ਕੇ ਜਿਹੜੇ ਆਸਟ੍ਰੇਲੀਆ ਜਾਂਦੇ ਨੇ ਉਹਨਾਂ ਲਈ ਹੁਣ ਇਹ ਦਿੱਕਤ ਆ ਸਕਦੀ ਹੈ, ਕਿਉਂਕਿ ਇੰਗਲਿਸ਼ ਦਾ ਟੈਸਟ ਹੋਵੇ, ਆਇਲਸ ਹੋਵੇ ਜਾਂ ਵੀਜ਼ਾ ਦੀ ਜਦੋਂ ਅਸੀਂ ਫਾਈਲ ਲਗਾਉਂਦੇ ਹਾਂ ਤਾਂ ਉਸਦੇ ਜਿੰਨੇ ਇੰਟਰਵਿਊ ਪ੍ਰੋਸੈਸ ਤੇ ਫਾਈਲ ਕਲੀਅਰ ਹੋਣ ਤੱਕ ਰਹਿੰਦੇ ਹੈ ਤਾਂ ਉਹਨਾਂ ਪ੍ਰੋਸੈਸਾਂ 'ਚ ਮੋਨੀਟਰਿੰਗ ਅਤੇ ਪਹਿਲਾਂ ਨਾਲੋਂ ਸਖਤੀ ਜਿਹੜੀ ਹੈ ਉਹ ਵਰਤੀ ਜਾਏਗੀ। ਮੰਨਣਾ ਇਹ ਹੈ ਆਸਟ੍ਰੇਲੀਆ ਦਾ ਜੋ ਉੱਥੇ ਦੇ ਚਾਹੇ ਹੋਮ ਮਿਨਿਸਟਰ ਨੇ ਚਾਹੇ ਉੱਥੇ ਦੇ ਜਿੰਨੇ ਪੋਲੀਟੀਸ਼ੀਅਨ ਨੇ ਖਾਸ ਕਰਕੇ ਜੋ ਅਗਵਾਈ ਕਰ ਰਹੇ ਨੇ ਆਸਟ੍ਰੇਲੀਆ ਦੀ ਕਿ ਮਾਈਗ੍ਰੇਸ਼ਨ ਜਿਹੜੀ ਹੈ ਪਿਛਲੇ 2 ਸਾਲਾਂ 'ਚ ਵਧੀ ਹੈ। 2022-23 ਦਾ ਡਾਟਾ 5,10,000 ਦਾ ਇੰਟਰਨੈਸ਼ਨਲ ਜਿਹੜੇ ਉੱਥੇ ਮਾਈਗ੍ਰੈਂਟ ਗਏ ਸੀਗੇ ਤਾਂ ਉਸਨੂੰ ਕੰਟਰੋਲ ਕਰਨ ਲਈ ਅਗਲੇ 2 ਸਾਲ ਦਾ ਪਲਾਨ ਜਿਹੜਾ ਹੈ ਉਹ ਤਿਆਰ ਕਰਨਾ ਹੈ। ਔਰ ਨਾਲ ਹੀ ਇਹ ਵੀ ਹੈ ਕਿ ਜਿੰਨੇ ਉੱਥੇ ਦੇ ਜਿਹੜੇ ਲੋਕਲ ਨੇ ਆਸਟ੍ਰੇਲੀਅਨ ਨੇ ਮੁੜ ਤੋਂ ਆਸਟ੍ਰੇਲੀਆ ਰਹਿ ਰਹੇ ਨੇ ਜਾਂ ਉੱਥੇ ਦੇ ਵਸਨੀਕ ਨੇ ਉਹਨਾਂ ਨੂੰ ਉੱਥੇ ਦੀਆਂ ਸਰਕਾਰ ਦੀਆਂ ਬਾਕੀ ਸਹੂਲਤਾਂ ਪ੍ਰਾਇਓਰਿਟੀ ਤੇ ਮਿਲ ਸਕਣ, ਮਾਈਗ੍ਰੈਂਟਸ ਦੇ ਨਾਲ ਪ੍ਰਭਾਵਿਤ ਨਾ ਹੋਣ, ਇਸ ਕਰਕੇ ਇਸ ਤਬਦੀਲੀ ਕੀਤੀ ਜਾ ਰਹੀ ਹੈ। ਔਰ ਇਸ ਤੋਂ ਪਹਿਲਾਂ ਕੈਨੇਡਾ ਦੇ ਅੰਦਰ 10,000 ਤੋਂ 20,000 ਫੀਸ ਕੀਤੀ ਗਈ, ਯੂਕੇ ਦੇ ਅੰਦਰ ਲੋ ਸਕਿੱਲ ਵੀਜ਼ਾ ਖਾਸ ਕਰਕੇ ਸਟੂਡੈਂਟ ਵੀਜ਼ਾ ਉਹਨਾਂ ਦੇ ਅੰਦਰ ਯੂਕੇ ਨੇ ਤਬਦੀਲੀ ਕੀਤੀ, ਤਾਂ ਕੈਨੇਡਾ ਅਤੇ ਯੂਕੇ ਤੋਂ ਬਾਅਦ ਇਹ ਤੀਜੀ ਥਾਂ ਹੈ ਆਸਟ੍ਰੇਲੀਆ ਜਿੱਥੇ ਤਬਦੀਲੀ ਮਾਈਗ੍ਰੈਂਟਸ ਨੂੰ ਲੈ ਕੇ ਕੀਤੀ ਜਾ ਰਹੀ ਹੈ। ਔਰ ਇਸ ਨਾਲ ਸਿੱਧੇ ਢੰਗ ਨਾਲ ਪੰਜਾਬ ਜਿਹੜਾ ਹੈ ਉਹ ਪ੍ਰਭਾਵਿਤ ਹੋਵੇਗਾ, ਕਿਉਂਕਿ ਪੰਜਾਬ ਤੋਂ ਲੱਖਾਂ ਦੇ
तादाद के स्टूडेंट जिहड़े ने उह बाहरलियां कंट्रियां दे अंदर स्टडी लई जांदे ने और आस्ट्रेलिया जिन्हां दी प्रेफरेंस है क्योंकि कैनेडा अते होर थावां तों जदों रिजेक्शन या मन बदल जाए तां आस्ट्रेलिया इक ऑप्शन हुंदी सी पर हुण इस दे नाल उत्थे वी दिक्कत आ सकदी है उसदा चाहे वह कोई पंजाबी आस्ट्रेलिया चाहे इत्थे है पंजाब दे अंदर और खास करके नॉर्दर्न रीजन या इंडिया दे अंदर भी एक मेंटल प्रेशर जरूर है और इसनूं कितें ना कितें महंगाई नाल भी जोड़ के देखा जा रहा है क्योंकि बाकी थावां ते जे मेजर कंट्रीज इस तरीके का फैसला माइग्रेशन ते लै रही है तो छोटी कंट्रीज से उसका प्रभाव है मेंटली प्रेशर है और इस नाल ये जरूर देखना होगा कि क्या आस्ट्रेलिया की सख्ती तो बाद बाहर जाने वाले की तादाद वधेगी या पहले नालों भी घटेगी या कंट्री की जिहड़ी ऑप्शन है आस्ट्रेलिया की थां हुण किसनूं विकल्प चुनिया जाता है और किस तरीके का इसते रिएक्शन रहिंदा है क्योंकि जे कोई बाहर नहीं जाएगा तो कोई सॉर्ट आउट जिहड़ा है आस्ट्रेलियन गवर्नमेंट करती है या नहीं करती और माइग्रेशन क्या इस नाल कंट्रोल होंदी है या नहीं क्योंकि सर्वे जिहड़ा किया गया उस सर्वे के अंदर यह आया कि 62% हाइक जिहड़ी है वह माइग्रेशन के अंदर आई है स्टूडेंट वीजा ते लो स्किल वीजा जिहड़े खास करके दिंदे ने और चाहवाना जिहड़ा इत्थे किले की पैली वेच के 25 to 30 lakh ला के बाहर जांदा उन्होंने समस्या ये जरूर हैगी है। कैमरामैन विनोद कुमार नाल अमन भारद्वाज न्यूज़ 18 चंडीगढ़।